ਪੰਜਾਬੀ ਗੜ ਚੈਨਲ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਵੇਲੇ ਦੀ ਵੱਡੀ ਅਪਡੇਟ ਦਲਜੀਤ ਦੋਸਾਂਝ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ। ਦੱਸਦੇ ਕਿ ਦਲਜੀਤ ਦੋਸਾਂਝ ਜਿਹੜੇ ਕਿ ਪੰਜਾਬੀ ਇੰਡਸਟਰੀ ਦੇ ਟੌਪ ਨੰਬਰ 1 ਤੇ ਬਣਦੇ ਜਾ ਰਹੇ ਨੇ ਤੇ ਹੁਣ ਦਲਜੀਤ ਦੋਸਾਂਝ ਇੱਕ ਹੋਰ ਵੱਡਾ ਰਿਕਾਰਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ। ਦੱਸਦੇ ਕਿ ਦਲਜੀਤ ਦੋਸਾਂਝ ਦਾ 4 ਅਕਤੂਬਰ ਨੂੰ ਲੰਡਨ ਦੇ ਸਭ ਤੋਂ ਫੇਮਸ ਕਾਨਸਰਟ ਹਾਲ ਦ O2 ਵਿੱਚ ਲਾਈਵ ਸ਼ੋਅ ਲੱਗਣ ਜਾ ਰਿਹਾ ਹੈ, ਜਿਸ ਦੀ ਕਿ ਹਾਲੇ ਸਿਰਫ ਡੇਟ ਹੀ ਅਨਾਉਂਸ ਕੀਤੀ ਗਈ ਹੈ। ਪਰ ਦਲਜੀਤ ਦੋਸਾਂਝ ਦੇ ਫੈਨਸ ਨੇ ਦਲਜੀਤ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਇੱਕ ਦਿਨ ਵਿੱਚ ਹੀ ਇੰਨੀਆਂ ਜ਼ਿਆਦਾ ਟਿਕਟਾਂ ਬੁੱਕ ਹੋ ਗਈਆਂ, ਜਿਸ ਕਰਕੇ ਦਲਜੀਤ ਦੋਸਾਂਝ ਦਾ ਲੰਡਨ ਦੇ ਦ O2 ਹਾਲ ਵਿੱਚ ਲੱਗਣ ਵਾਲਾ ਲਾਈਵ ਸ਼ੋਅ ਲਗਭਗ 2 ਮਹੀਨੇ ਪਹਿਲਾਂ ਹੀ ਸੋਲਡ ਆਊਟ ਹੋ ਗਿਆ, ਜਿਸ ਤੋਂ ਬਾਅਦ ਦਲਜੀਤ ਦੀ ਟੀਮ ਨੇ ਉਸ ਸ਼ੋਅ ਨੂੰ ਉਸੇ ਕਾਨਸਰਟ ਹਾਲ ਵਿੱਚ 2 ਦਿਨ ਕਰਨ ਦਾ ਫੈਸਲਾ ਲਿਆ ਹੈ, ਜਿਸ ਕਰਕੇ ਹੁਣ ਉਹੀ ਲਾਈਵ ਸ਼ੋਅ 4 ਅਤੇ 5 ਅਕਤੂਬਰ 2 ਦਿਨਾਂ ਲਈ ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਦਲਜੀਤ ਦੋਸਾਂਝ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾ ਕੇ ਸਾਂਝੀ ਕੀਤੀ ਹੈ। ਆਓ ਤੁਹਾਨੂੰ ਵੀ ਉਹ ਵੀਡੀਓ ਦਿਖਾਉਂਦੇ ਹਾਂ। ਯੈਸ ਸਰ, ਯੋਰ ਵਿਸ਼ ਇਜ਼ ਮਾਈ ਕਮਾਂਡ। O2 ਸੋਲਡ ਆਊਟ ਇਨ ਅ ਡੇ, ਸੋ ਵੀ ਐਡਿੰਗ ਅਨਦਰ ਡੇ। ਇੰਗਲਿਸ਼ ਇਜ਼ ਫ੍ਰਿਕਿੰਗ ਹਾਈ ਟੂਡੇ ਗਾਇਸ। 4 ਤਰੀਕ ਵਾਲਾ ਸੋਲਡ ਆਊਟ ਹੋ ਗਿਆ, ਇੱਕ ਦਿਨ ਦੇ ਵਿੱਚ ਹੀ ਪ੍ਰੀ ਸੇਲ 'ਚ ਹੁਣ ਅਸੀਂ ਇੱਕ ਹੋਰ ਐਡ ਕਰ ਰਹੇ ਹਾਂ 5 ਤਰੀਕ। ਸੋ ਪਹਿਲੀ ਵਾਰੀ 2 ਦਿਨ O2 'ਚ ਲਗਾਤਾਰ ਦੋਸਾਂਝ ਵਾਲਾ ਆ ਗਿਆ ਹੋਵੇ। ਸੋ ਇਹ ਸੀ ਅੱਜ ਦੀ ਵੀਡੀਓ। ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ। ਬਾਕੀ ਇੰਡਸਟਰੀ ਨਾਲ ਜੁੜੀਆਂ ਵੱਡੀ ਅਪਡੇਟਸ ਲਈ ਪੰਜਾਬੀ ਗੜ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਧੰਨਵਾਦ।